ਪੰਜਾਬ ਪੁਲਿਸ ਅਕਸਰ ਆਪਣੇ ਕਾਰਨਾਮਿਆਂ ਨੂੰ ਲੈ ਕੇ ਸੁਰਖੀਆਂ 'ਚ ਹੀ ਰਹਿੰਦੀ ਹੈ, ਫਿਰ ਭਾਵੇਂ ਉਹ ਬਦਨਾਮੀ ਹੀ ਕਿਉਂ ਨਾ ਹੋਵੇ। ਪੁਲਿਸ ਦੀ ਡਿਊਟੀ ਹਮੇਸ਼ਾ ਜਨਤਾ ਦੀ ਰਖਵਾਲੀ ਅਤੇ ਜਨਤਾ ਨੂੰ ਸਹਾਰਾ ਦੇਣ ਦੀ ਹੁੰਦੀ ਹੈ, ਪਰ ਜਦੋਂ ਖੁਦ ਪੁਲਿਸ ਹੀ ਸਹਾਰਾ ਲੱਭਦੀ ਫਿਰੇ ਤਾਂ ਆਮ ਜਨਤਾ ਕਿਸ ਦੇ ਸਹਾਰੇ ਰਹੇਗੀ। ਅਜਿਹਾ ਇੱਕ ਮਾਮਲਾ ਹੁਸ਼ਿਆਰਪੁਰ ਦੇ ਹਰਿਆਣਾ 'ਚੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਪੁਲਿਸ ਕਰਮਚਾਰੀ ਪੁਲਿਸ ਸਟੇਸ਼ਨ ਦੇ ਸਾਹਮਣੇ ਨਸ਼ੇ 'ਚ ਟੱਲੀ ਹੋ ਕੇ ਲੜਖੜਾਉਂਦਾ ਹੋਇਆ ਦਿਖਾਈ ਦਿੱਤਾ। ਉਹ ਸ਼ਰਾਬ ਦੇ ਨਸ਼ੇ 'ਚ ਕੁਝ ਇਸ ਤਰ੍ਹਾਂ ਚੂਰ ਸੀ ਕਿ ਉਸਦੇ ਕੋਲੋਂ ਸਿੱਧੀ ਤਰ੍ਹਾਂ ਖੜ੍ਹੇ ਵੀ ਨਹੀਂ ਹੋਇਆ ਜਾ ਰਿਹਾ ਸੀ, ਅਤੇ ਨਾ ਹੀ ਉਸਨੂੰ ਇਸ ਗੱਲ ਦੀ ਹੋਸ਼ ਸੀ ਕਿ ਉਸਦੀ ਡਿਊਟੀ ਕਿੱਥੇ ਲੱਗੀ ਹੈ। ਮੁਲਾਜ਼ਮ ਦੀ ਪਛਾਣ ਬਾਲਕ ਰਾਮ ਦੇ ਤੌਰ 'ਤੇ ਹੋਈ ਹੈ। ਜਦੋਂ ਇਸ ਗੱਲ ਦੀ ਖਬਰ ਮੀਡੀਆ ਨੂੰ ਲੱਗੀ ਤਾਂ ਆਪਣੀ ਡਿਊਟੀ ਨਿਭਾਉਣ ਲਈ ਜਦੋਂ ਇਸ ਖਬਰ ਨੂੰ ਕਵਰ ਕਰਨਾ ਚਾਹਿਆ ਤਾਂ ਮੁਲਾਜ਼ਮ ਨੇ ਪੁਲਿਸ ਦਾ ਰੋਪ ਝਾੜਨਾ ਸ਼ੁਰੂ ਕਰ ਦਿੱਤਾ। ਮੀਡੀਆ ਨੇ ਜਦੋਂ ਮੁਲਾਜ਼ਮ ਨੂੰ ਉਸਦੀ ਡਿਊਟੀ ਕਿੱਥੇ ਹੋਣ ਬਾਰੇ ਪੁੱਛਿਆ ਤਾਂ ਉਸਨੇ ਆਪਣੀ ਡਿਊਟੀ ਚੰਡੀਗੜ੍ਹ 'ਚ ਹੋਣ ਦੀ ਗੱਲ ਆਖੀ। ਜਦ ਪੁਲਿਸ ਮੁਲਾਜ਼ਮ ਦੇ ਨਸ਼ੇ 'ਚ ਟੱਲੀ ਹੋਣ ਦੀ ਖਬਰ ਸਥਾਨਕ ਥਾਣਾ ਇੰਚਾਰਜ ਨੂੰ ਲੱਗੀ ਤਾਂ ਉਹ ਬਿਨਾਂ ਕਿਸੇ ਦੇਰੀ ਕੀਤੇ ਹੋਰ ਮੁਲਾਜ਼ਮਾਂ ਨੂੰ ਨਾਲ ਲੈ ਕੇ ਕੈਮਰੇ ਤੋਂ ਬਚਾਉਂਦੇ ਹੋਏ ਨਸ਼ੇ 'ਚ ਲੜਖੜਾ ਰਹੇ ਇਸ ਪੁਲਿਸ ਮੁਲਾਜ਼ਮ ਨੂੰ ਆਪਣੇ ਨਾਲ ਲੈ ਕੇ ਚੱਲਦੇ ਬਣੇ। ਡਿਊਟੀ ਕਿੱਥੇ ਹੁੰਦਾ ਆਪਣੀ? ਡਿਊਟੀ ਕਿੱਥੇ ਹੁੰਦੀ? ਚੰਡੀਗੜ੍ਹ। ਚੰਡੀਗੜ੍ਹ? ਚੰਡੀਗੜ੍ਹ ਹੀ ਬੈਠੇ ਆ ਜੀ। ਤੁਸੀਂ ਆਪਣੇ ਬੈਠੇ ਕਿੱਥੇ ਆ? ਹਰਿਆਣੇ। ਇੱਥੇ ਹੀ ਕਰਦੇ ਫਿਰ ਡਿਊਟੀ ਉੱਥੇ ਆਦਾ? ਹਾਂਜੀ ਭਾਅ ਜੀ, ਦਾਰੂ ਪੀਤੀ ਵੀ ਤੁਸੀਂ ਵਰਦੀ 'ਚ? ਤੁਸੀਂ ਦਾਰੂ ਪੀਤੀ ਵੀ ਇਸ ਵੇਲੇ? ਤੁਸੀਂ ਮੈਂ ਕਿਹਾ ਦਾਰੂ ਪੀਤੀ ਵੀ ਇਸ ਵੇਲੇ? ਆ ਸਾਹਮਣੇ ਪੁਲਿਸ ਦੀ ਗੱਡੀ ਖੜੀ ਪਈ ਆ। ਡਿਊਟੀ ਤੁਹਾਡੀ ਕਿੱਥੇ ਆ? ਡਿਊਟੀ ਕਿੱਥੇ ਸਾਡੀ? ਤੁਸੀਂ ਹਰਿਆਣੇ ਅੱਡੇ 'ਤੇ ਲੰਮੇ ਪਏ ਹੋਏ ਦਾਰੂ ਪੀ ਕੇ? ਡਿਊਟੀ ਕਿੱਥੇ ਤੁਹਾਡੀ ਭਾਈ? ਡਿਊਟੀ ਕਿੱਥੇ ਜੀ ਆਪਣੀ? ਭਾਅ ਜੀ ਉੱਠੋ, ਡਿਊਟੀ ਆਪਣੀ ਕਿੱਥੇ ਆ? ਕਿੱਥੇ ਡਿਊਟੀ ਆ? ਪਿੰਡ ਕਿਹੜਾ ਆਪਣਾ? ਨਾਮ ਕੀ ਆ? ਕੀ ਨਾਮ ਆਪਣਾ? ਐਚ ਓ ਸਾਹਿਬ? ਕਿਹੜੇ ਐਸ ਐਚ ਓ ਸਾਹਿਬ ਆਪਣੇ? ਉੱਠੋ, ਖੜ੍ਹੇ ਦੋ ਵੋ ਫੇ, ਖੜ੍ਹੇ ਦੋ ਵੋ ਮਾੜਾ ਜਿਹਾ। ਤੁਸੀਂ ਦੱਸੋ, ਇਹਨਾਂ ਬਾਰੇ ਦੱਸੋ ਨਾ। ਹੁਸ਼ਿਆਰਪੁਰ ਤੋਂ ਯੋਗੇਸ਼ ਬਹਿਲ ਦੀ ਰਿਪੋਰਟ, ਪੰਜਾਬ ਟੂਡੇ।